ਹੈਲੋ ਹੈਲੋ ਲਵ, ਠੀਕ ਠਾਕ ਹਾਂ? ਆ ਘਰ ਦਾ ਬੂਹਾ ਖੁੱਲਾ ਵਾ, ਲੱਗ ਬੜੀ ਠੰਡ ਲੱਗੀ ਆ, ਅਸੀਂ ਬੜਾ ਪਾਲਾ ਹੋਣ ਡਿਆ ਤੇ ਬੜੀ ਬੁਰਾ ਹਾਲ ਵਾ। ਮੈਂ ਹਰੇ ਧੁੱਪੇ ਬਹਿ ਕੇ ਤੇ ਧੁੱਪ ਸੇਕਾਂ ਮੈਂ। ਬੜੀ ਸੋਹਣੀ ਧੁੱਪ ਲੱਗੀ ਆ, ਵੇਖ ਧੁੱਪੇ ਬਾਵਾਂ ਹੁਣ। ਸ਼ੁਕਰ ਹੋਇਆ ਮਹਾਰਾਜ ਬਾਬਾ ਨਾਨਕ, ਕਿੱਡੀ ਸੋਹਣੀ ਧੁੱਪ ਲਾਈ, ਹੁਣ ਮੈਂ ਧੁੱਪੇ ਬਹਾਂ। ਨਹਾਉਂਦਿਆ ਵਾ, ਹੁਣ ਮੈਂ ਕੱਪੜੇ ਕੱਢ ਕੇ ਦੇ ਆਵਾਂ। ਇੱਥੇ ਰੱਖ ਦਿੰਦੀ ਹਾਂ, ਚੱਲ ਮੁੰਡਾ ਪਏ ਨਹਾ ਕੇ ਪਾ ਲੂਗਾ। ਹੁਣ ਤੇ ਮੈਂ ਨਹਾ ਲਿਆ ਵਾ, ਜਾ ਕੇ ਤੇ ਬਹਿਣਾ ਵਾ। ਆਂਟੀ ਜੀ ਵੀ ਲੱਗੇ ਬੈਠੇ ਲੱਗਦਾ। ਮੈਂ ਗੱਲ ਕਰਨੀ ਆ ਕਿ ਸ਼ੁਕਰ ਲੱਗੇ ਆਂਟੀ ਦਾ। ਹਾਂਜੀ, ਮੈਂ ਕਾਲ ਤੇ ਮੈਂ ਤੇਰੇ ਨਾਲ ਕੱਲ ਹੀ ਕਰਨੀ ਸੀ, ਕੱਲ ਤੂੰ ਆਇਆ ਹਾਂ ਕੰਮ ਧੰਦਾ ਕਰਕੇ ਤੇ ਮੈਂ ਫਿਰ ਹਾਂ ਮੈਂ ਭਾਪੇ ਹੀ ਗੱਲ ਕਰੂੰਗੀ। ਪੁੱਤ ਜਿੱਦਾਂ ਤੂੰ ਇੱਥੇ ਸਾਡੇ ਘਰ ਰਿਹਾ ਵਾ ਤੇ ਤੇਰਾ ਘਰ ਵੀ ਹੈਗਾ ਵਾ ਅਸਲੀ। ਹਾਂਜੀ ਆਂਟੀ ਜੀ, ਤੁਹਾਨੂੰ ਦੱਸਣਾ ਕੀ ਆ, ਮੇਰਾ ਘਰ ਹੈਗਾ ਏ, ਪਰ ਇੱਕ ਜਿਹੜੀ ਇੱਕ ਮੈਡਮ ਆਈ ਸੀ ਸਾਡੇ ਘਰ, ਉਹ ਆਂਗਣਵਾੜੀ ਦੀ ਮੈਡਮ ਸੀ, ਉਹਨੇ ਮੈਨੂੰ ਕਿਹਾ ਕਿ ਅਸੀਂ ਨਾ ਇਹ ਮੈਡਮ ਆ ਤੇ ਆਪਾਂ ਨਾ ਜੋਬ ਦਿੰਦੀ ਹਾਂ ਤੁਹਾਨੂੰ ਉੱਥੇ ਲਵਾ ਦਿੰਦੇ। ਮੈਂ ਕਿਹਾ ਆਪਾਂ ਨਹੀਂ ਲਾਉਣੀ। ਉਹਨਾਂ ਨੇ ਫਿਰ ਕਿਹਾ ਕਿ ਜਿਹੜੇ ਆਪਾਂ ਜਿਨ੍ਹਾਂ ਨੂੰ ਪੁੱਛਦੇ ਹਾਂ ਤਾਂ ਉਹਨਾਂ ਦੇ ਸਾਈਨ ਚਾਹੀਦੇ। ਉਹਨਾਂ ਨੇ ਗਲਤੀ ਦੇ ਨਾਲ ਮੇਰੇ ਸਾਈਨ ਜਿਹੜੇ ਉਹਨਾਂ ਨੇ ਕਾਗਜ਼ਾਂ ਦੇ, ਘਰ ਦੇ ਕਾਗਜ਼ ਅਤੇ ਪੈਲੀ ਦੇ ਕਾਗਜ਼ ਦੇ ਲਵਾ ਲਏ, ਅਤੇ ਇਸ ਕਰਕੇ ਫਿਰ ਮੈਂ ਇੱਦਾਂ ਹੀ ਆਇਆ ਵਾਂ ਅਤੇ ਤੁਸੀਂ ਤੁਹਾਡਾ ਇੱਕ ਘਰ ਚੰਗਾ ਮਿਲ ਗਿਆ ਅਤੇ ਤੁਸੀਂ ਮਿਲ ਗਏ ਅਤੇ ਤੁਸੀਂ ਮੈਨੂੰ ਇੱਦਾਂ ਉੱਧਰ ਮਾਰ ਲਿਆ ਸੀ ਕੱਲ੍ਹ, ਅਤੇ ਇੱਦਾਂ ਹੀ ਆ ਬਸ। ਉਹ ਤਾਂ ਗੱਲ ਬਹੁਤ ਮਾੜੀ ਆ, ਜਿਹੜਾ ਵਿਚਾਰੇ ਦਾ ਘਰ ਨਹੀਂ ਤਾਂ ਦੱਸ ਹੁਣ ਫਿਰ ਇਹ ਕਿਤੇ ਆਪਣਾ ਘਰ ਬਣਾ ਕੇ ਬਹੂਗਾ। ਬੜੀ ਬੇਈਮਾਨੀ ਕੀਤੀ ਆ ਫਿਰ ਉਹ ਮੈਡਮ ਨੇ। ਹਾਂਜੀ ਆਂਟੀ ਜੀ, ਤਾਂ ਹੀ ਫਿਰ ਮੈਂ ਇੱਦਾਂ ਆਇਆ ਵਾਂ। ਅਤੇ ਫਿਰ ਹੁਣ ਘਰ ਕਿੱਦਾਂ ਕੁੱਲਾ ਬਣਾਏਗਾ? ਚਲੋ ਤੈਨੂੰ ਪੁੱਤ, ਫਿਰ ਤੂੰ ਸਾਡੇ ਘਰ ਹੀ ਰਹੀ ਜਾ, ਚਲੋ ਕੰਮ ਧੰਦਾ ਕਰਿਆ ਕਰ ਅਤੇ ਅਸੀਂ ਸੋਚਾਂਗੇ ਤੇਰਾ ਕੋਈ ਪੈਸਾ ਢੇਲਾ ਲਾ ਕੇ ਮਦਾਨ ਦੇ ਕੇ ਅਤੇ ਫਿਰ ਤੈਨੂੰ ਨਾ ਕੋਈ ਘਰ ਬਾਰ ਤੇਰਾ ਮਾੜਾ ਮੋਟਾ ਬਣਾ ਦਾਂਗੇ। ਹਾਂਜੀ ਆਂਟੀ ਜੀ, ਕੋਈ ਗੱਲ, ਤੁਹਾਡੀ ਇੰਨੀ ਧੰਨਵਾਦ ਹੀ ਆ ਜਿੱਦਾਂ ਤੁਸੀਂ ਰੱਖਿਆ ਵਾ, ਚੱਲ ਕੋਈ ਨਹੀਂ ਮੈਂ ਤੁਹਾਡਾ ਦੇਣ ਨਹੀਂ ਮੋੜ ਸਕਦਾ। ਚੰਗਾ ਪੁੱਤ, ਫਿਰ ਤੂੰ ਬਹਿ, ਨਾ ਮੈਂ ਚਾਹ ਬਣਾ ਲਿਆ ਵਾਂ ਅਤੇ ਨਾ ਇਹ ਤੁਹਾਨੂੰ ਤੈਨੂੰ ਘੁੱਟ ਪਿਆ ਨਾ ਇਹ ਆਪ ਪੀਣੀ। ਹਾਂਜੀ ਆਂਟੀ ਜੀ, ਕੋਈ ਨਹੀਂ ਬਣਾ ਲਿਓ। ਹਾਏ ਆਂਟੀ ਜੀ, ਕਿੰਨੀ ਚੰਗੇ ਆ ਨਾ ਵੇਲਾ, ਕਈ ਲੋਕ ਮੈਂ ਕਹਿੰਦਾ ਕਿੰਨੇ ਲੋਕ ਮਾਰੇ ਹੁੰਦੇ ਨੇ, ਪਰ ਦੁਨੀਆਂ ਦੇ ਵਿੱਚ ਕਈ ਲੋਕ ਚੰਗੇ ਵੀ ਬੜੇ ਹੁੰਦੇ ਨੇ ਤੇ ਵੇਲਾ ਆਂਟੀ ਜੀ ਕਿੰਨੇ ਚੰਗੇ ਨੇ।